कोरोना वायरस नु लेके पंजाब सरकार वालों विद्यक अदारे बंद किते जान दा लगातार विद्यार्थी मापे स्कूल अध्यापक अते स्कूल मैनेजमेंट विरोध कर रहे ने। इस दे तहत अज प्राइवेट स्कूल एसोसिएशन वालों सूबा सरकार दे स्कूल बंद रखन दे फैसले दे विरोध विच वड्डा ऐलान किया गया। स्कूल प्रबंधकां ने दस्सिया है कि प्राइवेट स्कूल फैडरेशन दी सूबा कमेटी दे सद्दे ते 12 अप्रैल नूं आउण वाले दिनां च उह अपने स्कूल खोलणगे। इस मौके गलबात करदे हां प्राइवेट स्कूल प्रबंधकां ने दस्सिया है कि सूबा सरकार वालों कोरोना दे नाम ते सिर्फ स्कूलां नूं टारगेट किया जा रहा है, जबकि रेस्टोरेंट, शराब दे ठेके, सरकारी दफ्तर समेत हर कारोबार खुल्या है। इस करके बच्चियां दी पढ़ाई दा वड्डे पद्धर ते नुकसान हो रहा है। सरकार दे इस सिक्ख्या विरोधी फैसले खिलाफ प्राइवेट स्कूल फेडरेशन वालों सूबा सरकार दे इस फैसले विरुद्ध 12 अप्रैल तो स्कूल खोलन दा सद्दा दिता गया। इस दा बरनाला जिले नाल जुड़े सारे प्राइवेट स्कूल समर्थन करके स्कूल खोलनगे। उन्होंने कहा है कि स्कूल बंद होण नाल इकल्ले स्कूल प्रबंधक, विद्यार्थी या अध्यापकां नूं ही परेशानी नहीं हो रही, बल्कि स्कूल वैन ट्रांसपोर्ट, दर्जा 4 मुलाजम समेत होर कई तरह दे लोकां दा रोजगार इस दिन नाल जुड़िया होया। पिछले साल लंबे समय स्कूल बंद रहे, पर सरकार वालों स्कूलां नूं कोई राहत या मदद नहीं दिती गई। ਕਹਿਣਾ ਚਾਹੋਗੇ ਜਿਹੜੇ ਤੁਹਾਡੇ ਪ੍ਰਾਈਵੇਟ ਸਕੂਲ ਬੰਦ ਪਏ ਨੇ ਤੇ ਸਰਕਾਰ ਦਾ ਫੈਸਲਾ ਵੀ ਦੱਸ ਤੱਕ ਖੁੱਲਣੇ ਨਹੀਂ, ਹੁਣ ਤੁਸੀਂ ਕੀ ਫੈਸਲਾ? ਜੀ ਜਿਹੜੀ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਸ ਐਂਡ ਐਸੋਸੀਏਸ਼ਨ ਹੈ, ਇਹ ਤੇ ਜਿੰਨੀਆਂ ਸਾਡੀਆਂ ਸਹਿਯੋਗੀ ਐਸੋਸੀਏਸ਼ਨਾਂ ਨੇ, ਰਾਸਾ ਹੈ, TPSO ਹੈ, ਸਾਰਿਆਂ ਦੀ ਕੱਲ੍ਹ ਸਾਡੀ ਇੱਕ ਮੀਟਿੰਗ ਹੋਈ ਸੀ ਜਿਹਦੇ ਵਿੱਚ ਅਸੀਂ ਬੜਾ ਇਹ ਗੱਲ ਦਾ ਗੰਭੀਰ ਨੋਟਸ ਲਿਆ, ਦੁੱਖ ਵੀ ਪ੍ਰਗਟ ਕੀਤਾ ਵੀ ਜਦੋਂ ਸਾਰੇ ਬਾਜ਼ਾਰ ਖੁੱਲ੍ਹੇ ਨੇ, ਸ਼ੋਪਿੰਗ ਮਾਲ ਖੁੱਲ੍ਹੇ ਨੇ, ਸਾਰੇ ਸਿਨੇਮੇ ਖੁੱਲ੍ਹੇ ਨੇ, ਪਬਲਿਕ ਟਰਾਂਸਪੋਰਟੇਸ਼ਨ ਖੁੱਲ੍ਹੀ ਹੈ ਅਤੇ ਵੱਖ ਵੱਖ ਪੋਲੀਟੀਕਲ ਰੈਲੀਆਂ ਹੋ ਰਹੀਆਂ ਨੇ, ਅਕਾਲੀ ਦਲ ਦੀ ਹੋ ਕੇ ਹਟੀ ਹੈ, ਉਸ ਤੋਂ ਪਹਿਲਾਂ ਆਮ ਆਦਮੀ ਦੀ ਹੋ ਕੇ ਹਟੀ ਹੈ, ਇਹਨਾਂ ਨੇ ਆਪ ਵੀ ਚੋਣ ਲੜੀਆਂ, ਤਾਂ ਇਸ ਟਾਈਮ ਸਿਰਫ ਸਕੂਲ ਬੰਦ ਨੇ ਅਤੇ ਸਕੂਲ ਬੰਦ ਕਰਨ ਦਾ ਵੀ ਮਨੋਰਥ ਕੋਈ ਸਮਝ ਨਹੀਂ ਆ ਰਿਹਾ, ਕਿਉਂਕਿ ਵਿਦਿਆਰਥੀ ਨੇ ਜਿਹੜੇ ਉਹ ਘਰਾਂ ਵਿੱਚ ਤਾਂ ਬੈਠੇ ਨਹੀਂ ਹੋਏ, ਉਹ ਬਾਜ਼ਾਰਾਂ 'ਚ ਵੀ ਜਾ ਰਹੇ ਨੇ, ਹਰ ਕਿਤੇ ਘੁੰਮ ਰਹੇ ਨੇ। ਸੋ ਅਜਿਹੇ ਹਾਲਤ ਦੇ ਵਿੱਚ ਜਿਹੜਾ ਸਰਕਾਰ ਦਾ ਇਹ ਫੈਸਲਾ ਇਕੱਲੇ ਸਕੂਲ ਬੰਦ ਕਰਨ ਦਾ, ਅਸੀਂ ਇਸ ਦੇ ਖਿਲਾਫ ਹਾਂ ਔਰ ਸਾਰੀਆਂ ਜਥੇਬੰਦੀਆਂ ਨੇ ਇਹ ਫੈਸਲਾ ਕੀਤਾ ਵੀ ਅਸੀਂ ਸਹਿਯੋਗ ਦੇ ਰਹੇ ਹਾਂ ਸਰਕਾਰ ਨੂੰ। ਪਹਿਲਾਂ ਨੇ 31 ਤਰੀਕ ਤੱਕ ਪ੍ਰੈਪਰੇਟਰੀ ਹੋਲੀਡੇ ਦੇ ਨਾਂ 'ਤੇ ਸਕੂਲ ਬੰਦ ਕੀਤੇ ਸੀ, ਅਸੀਂ ਉਦੋਂ ਮੰਨ ਲਿਆ ਉਹਨਾਂ ਦਾ ਹੁਕਮ, ਹੁਣ ਇਹਨਾਂ ਨੇ 10 ਤੱਕ ਬੰਦ ਕਰਤੇ, ਉਹ ਵੀ ਅਸੀਂ ਮੰਨ ਰਹੇ ਹਾਂ, ਲੇਕਿਨ ਅਸੀਂ ਹੁਣ ਇਹ ਫੈਸਲਾ ਕੀਤਾ ਵੀ ਜੇਕਰ 10 ਤਰੀਕ ਤੋਂ ਬਾਅਦ ਵੀ ਇਸੇ ਤਰ੍ਹਾਂ ਇਹ ਇਕੱਲੇ ਸਕੂਲ ਬੰਦ ਰੱਖਣਗੇ ਤਾਂ ਸਾਰੇ ਪੇਰੈਂਟਸ ਨੇ ਜਿਹੜੇ ਉਹਨਾਂ ਨੇ ਸਾਨੂੰ ਲਿਖਤੀ ਤੌਰ 'ਤੇ ਦੇ ਦਿੱਤਾ, ਉਹ ਆਪਦੇ ਬੱਚੇ ਸਕੂਲ ਭੇਜਣਗੇ ਅਤੇ ਪੰਜਾਬ ਦੇ ਫਿਰ ਸਕੂਲ 12 ਤਰੀਕ ਤੋਂ ਖੋਲ੍ਹਣਗੇ। 12 ਤੋਂ ਖੋਲ੍ਹਣ ਦਾ ਐਲਾਨ ਕੀਤਾ? ਜੀ 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 ਹਾਂਜੀ, ਹਰ ਹਾਲਤ 'ਚ ਖੋਲ੍ਹੋਂਗੇ ਜੇਕਰ? ਬਿਲਕੁਲ, ਜੇਕਰ ਇਸ ਨਾਲ ਇਹ ਕੰਡੀਸ਼ਨ ਆ ਵੀ ਜੇ ਦੇਖੋ ਅਸੀਂ ਇਹ ਨਹੀਂ ਕਹਿੰਦੇ ਹੈਗੇ ਵੀ ਅਸੀਂ ਕਰੋਨਾ ਦੀ ਗਾਈਡਲਾਈਨਸ ਨਹੀਂ ਫਾਲੋ ਕਰਦੇ, ਅਸੀਂ ਸਾਰਾ ਕੁਝ ਮੰਨਣ ਨੂੰ ਤਿਆਰ ਹਾਂ। ਜਿਵੇਂ ਇਹਨਾਂ ਨੇ ਸਿਨੇਮੇ 50% ਕਪੈਸਿਟੀ ਨਾਲ ਖੋਲ੍ਹਤੇ ਅਤੇ ਕਿਸੇ ਵੀ ਗਾਈਡਲਾਈਨ ਦੇ ਤਹਿਤ ਸਕੂਲ ਖੋਲ੍ਹ ਦੇਣਗੇ ਤਾਂ ਅਸੀਂ ਮੰਨਾਂਗੇ, ਲੇਕਿਨ ਜੇਕਰ ਇਕੱਲੇ ਸਕੂਲਾਂ ਦੇ ਉੱਤੇ ਹੀ ਫਿਰ ਤੋਂ ਇਹਨਾਂ ਨੇ ਲੋਕਡਾਊਨ ਕੀਤਾ, ਕਿਉਂਕਿ ਉਹਦੇ ਨਾਲ ਸਾਨੂੰ ਦੋਹਰਾ ਨੁਕਸਾਨ ਹੋ ਰਿਹਾ, ਇੱਕ ਤਾਂ ਵਿਦਿਆਰਥੀ ਘਰਾਂ ਦੇ ਵਿੱਚ ਪਿਛਲੇ ਸਾਲ ਬੜਾ ਨੁਕਸਾਨ ਹੋਇਆ, ਦੂਸਰਾ ਤੁਸੀਂ ਦੇਖੋ ਵੀ ਇਹ 10 ਦਿਨਾਂ ਦੇ ਵਿੱਚ ਜਦੋਂ ਬੰਦ ਕੀਤਾ ਸਕੂਲ ਤਾਂ ਇਹਨਾਂ ਨੇ ਆਪਦੇ ਸਰਕਾਰੀ ਅਧਿਆਪਕਾਂ ਨੂੰ ਡੋਰ ਟੂ ਡੋਰ ਕਿਤੇ ਜਾਗੋ ਕੱਢ ਰਹੇ ਨੇ। ਨਹੀਂ, ਹੁਣ 12 ਤਰੀਕ ਨੂੰ ਵੀ ਫੁੱਲ ਕਪੈਸਿਟੀ 'ਚ ਖੋਲ੍ਹੇ ਜਾਣਗੇ? 12 ਅਸੀਂ ਤਾਂ ਇਹੀ ਕਹਿ ਰਹੇ ਹਾਂ, ਜਦੋਂ ਸਾਰਾ ਕੁਝ ਬਾਕੀ ਫੁੱਲ ਕਪੈਸਿਟੀ ਦੇ ਵਿੱਚ ਪਬਲਿਕ ਟਰਾਂਸਪੋਰਟੇਸ਼ਨ ਹਰੇਕ ਚੀਜ਼ ਹੈਗੀ ਹੈ। ਅਤੇ ਜੇਕਰ ਸਰਕਾਰ ਐਕਸ਼ਨ ਲੈਂਦੀ ਹੈਗੀ, ਜਿਵੇਂ ਮਾਨਤਾ ਰੱਦ ਕਰਦੀ ਹੈ ਜਾਂ ਪਰਚੇ ਦਰਜ ਕਰਦੀ ਹੈ ਤਾਂ ਉਹਦੇ ਵਾਸਤੇ ਤਿਆਰ ਹੋ? ਸਰ, ਇਹ ਫੈਸਲਾ ਹੀ ਤਾਂ ਹੀ ਲਿਆ ਇਸ ਤੋਂ ਬਾਅਦ ਫਿਰ, ਕਿਉਂਕਿ ਉਹਦਾ ਕਾਰਨ ਇਹ ਆ ਵੀ ਪਹਿਲਾਂ ਇਹ ਮੰਗ ਜਿਹੜੀ ਹੈਗੀ ਸੀ ਕਿਸੇ ਨਾ ਕਿਸੇ ਹੱਦ ਤੱਕ ਸਕੂਲਾਂ ਤੱਕ ਹੀ ਸੀਮਤ ਸੀ ਅਤੇ ਪੇਰੈਂਟਸ ਨੇ ਜਿਹੜੇ ਪਿਛਲੇ ਦੌਰ ਦੇ ਵਿੱਚ ਉਹ ਇੱਛੁਕ ਨਹੀਂ ਸੀ ਉਸ ਟਾਈਮ ਭੇਜਣ ਦੇ, ਹੁਣ ਤੁਸੀਂ ਦੇਖ ਰਹੇ ਹੋ ਵੀ ਇਹ ਮੁੱਖ ਮੰਗ ਹੀ ਪੇਰੈਂਟਸ ਦੀ ਆ, ਪੇਰੈਂਟਸ ਸੜਕਾਂ 'ਤੇ ਆ ਚੁੱਕੇ ਨੇ, ਜਿਹੜੇ ਡਰਾਈਵਰਸ ਕੰਡਕਟਰ ਨੇ ਉਹਨਾਂ ਦੀ ਸੈਲਰੀਜ ਕਿੱਥੋਂ ਆਉਣਗੀਆਂ ਹੁਣ, ਅਤੇ ਸਾਰਾ ਕੁਛ ਹੈਗਾ ਜਿਹੜਾ ਉਹ ਫਿਜ਼ੀਕਲ ਓਪਨਿੰਗ 'ਤੇ ਹੈ। ਸੋ ਇਸ ਲਈ ਇਹ ਫੈਸਲਾ ਸਾਡੇ ਇਕੱਲੇ ਸਕੂਲਾਂ ਦਾ ਨਹੀਂ ਹੈਗਾ, ਅਸਲ ਵਿੱਚ ਇਹ ਫੈਸਲਾ ਜਿਹੜਾ ਉਹ ਪੇਰੈਂਟਸ ਦਾ ਅਤੇ ਸਾਡੇ ਦਾ। ਜੇਕਰ ਮਾਨਤਾ ਰੱਦ ਕਰ ਦਿੱਤਾ ਸਕੂਲ ਨਹੀਂ, ਕੋਈ ਗੱਲ ਨਹੀਂ, ਸਾਰੇ ਪੰਜਾਬ ਦੇ ਸਕੂਲਾਂ ਦੀ ਮਾਨਤਾ ਰੱਦ ਹੋ ਜੂਗੀ ਤਾਂ ਸਾਰਿਆਂ ਨੂੰ ਪਤਾ ਲੱਗ ਜੂਗਾ ਵੀ ਪੰਜਾਬ ਸਰਕਾਰ ਦਾ ਰਵੱਈਆ ਕਿਹੋ ਜਿਹਾ ਪ੍ਰਾਈਵੇਟ ਐਜੂਕੇਸ਼ਨ ਦੇ ਬਾਰੇ ਅਤੇ ਆਪਦੇ ਸਕੂਲਾਂ ਪ੍ਰਤੀ ਕਿਹੋ ਜਿਹਾ ਪੱਖਪਾਤੀ ਰਵੱਈਆ ਸਪੱਸ਼ਟ ਹੋ ਜੂਗਾ।